ਹੈਲੋ ਫਰੈਂਡਸ, ਅੱਜ ਆਪਾਂ ਬਲਿਮ ਕੰਪਨੀ ਦੀ ਫੋਲਡਿੰਗ ਮਸ਼ੀਨ ਲਗਾਉਣਾ ਦੇਖੇਂਗੇ ਕੈਸੇ ਲੱਗਦੀ ਹੈ। ਇਹ ਦੇਖੇ ਇਸਕੇ ਦੋਸਤੋ, ਯਹਾਂ ਪਰ ਇੱਕ ਪੁਆਇੰਟ ਹੋਤਾ ਹੈ, ਇੱਕ ਯਹਾਂ ਪਰ ਪੁਆਇੰਟ ਹੋਤਾ ਹੈ, ਠੀਕ ਹੈ। ਇਸਕੀ ਜੋ ਸੈਟਿੰਗ ਹੋਤੀ ਹੈ ਉਸਕੋ ਇਸੇ ਮੇਨ ਕੀਤਾ ਜਾਤਾ ਹੈ, ਜੈਸੇ ਕਿ ਯਹਾਂ ਸੇ ਡੇਢ ਇੰਚ ਛੋੜ ਕੇ ਸੁਰਾਖ ਔਰ ਉੱਪਰ ਸੇ ਸਾਢੇ ਚਾਰ ਇੰਚ, ਠੀਕ ਹੈ, ਸਾਢੇ ਚਾਰ। ਫਿਰ ਯਹਾਂ ਸੇ ਸੁਰਾਖ ਯਹਾਂ ਤੱਕ 9 ਇੰਚ ਏਕ ਸੂਤ, ਠੀਕ ਹੈ। ਠੀਕ ਹੈ ਨਾ ਫਰੈਂਡ, ਇਸਕੋ ਐਸੇ ਲੱਗ ਜਾਏਗਾ, ਯਹਾਂ ਲਗਾ ਕੇ ਇਸਕੇ ਸਕਰੂ ਲਗਾ ਦੇਣੇ, ਠੀਕ ਹੈ। ਦੇਖੋ ਦੋਸਤੋ, ਲਾਈਟ ਚਲੀ ਗਈ ਹੈ, ਅਤੇ ਜਿਹੜੇ ਇਹਦੇ ਕਬਜ਼ੇ ਨੇ ਉਹਨਾਂ ਦੀ ਸੈਟਿੰਗ, ਜੈਸੇ ਕਿ ਜੇ ਨੀਚੇ ਆਏਗਾ, ਠੀਕ ਹੈ, ਜੇ ਹੈਂਡਲ ਚੈਨਲ ਹੈ, ਠੀਕ ਹੈ, ਜੇ ਨੀਚੇ ਆਏਗਾ ਔਰ ਇਹਦੀ ਯਹਾਂ ਸੈਟਿੰਗ ਹੋਗੀ, ਠੀਕ ਹੈ। ਇਸਕੋ ਦੋਨੋਂ ਸਾਈਡ 'ਤੇ ਜੈਸੇ ਇੱਕ ਜੈਸੇ ਰੱਖ ਕੇ ਇੱਧਰ ਸੀਗੀ ਇੱਕ ਜੈਸਾ ਔਰ ਉੱਪਰ, ਇਹ ਦੋਨੋਂ ਕਬਜ਼ੇ ਇੱਕ ਸਾਈਡ ਹੀ ਲੱਗੇਗੀ ਇੱਕ ਜੈਸੇ, ਦੇਖੋ ਜੀ ਉੱਪਰ ਚਲਾ ਜਾਏਗਾ।